ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਟ੍ਰੈਵਲਰ ਕਿਕਸ ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸੁਖਕਿਰਨ ਸਿੰਘ ਤੂਰ, ਤੇ ਜਿਵੇਂ ਕਿ ਆਪਾਂ ਤੁਹਾਨੂੰ ਆਪਣੇ ਸੀਰੀਜ਼ ਦੇ ਵਿੱਚ ਪਿੱਛੇ ਵਿਖਾ ਕੇ ਆਏ ਹਾਂਗੇ, ਨੱਡੀ ਲੇਕ ਦੇ ਲੇਕ ਵਿਖਾ ਕੇ ਲਿਆਏ ਹਾਂ, ਤੇ ਉਸ ਤੋਂ ਬਾਅਦ ਮੈਕਲੋਡਗੰਜ ਸਿਟੀ ਦੀਆਂ ਆਪਾਂ ਗਲੀਆਂ ਦੀਆਂ ਗੇੜੀਆਂ ਲਾਈਆਂ ਨੇ, ਸਿਟੀ ਵਿਊ ਤੁਹਾਨੂੰ ਦਿਖਾ ਚੁੱਕੇ ਹਾਂ, ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਗਏ ਸੀ ਭਾਗ ਸੁਨਾਗ ਤੇ ਸ਼ਿਵਾ ਕੈਫੇ ਦੇਖਣ ਦੇ ਲਈ, ਤੇ ਉੱਥੇ ਆਪਾਂ ਵਾਟਰਫਾਲ ਦੇਖਿਆ ਸੀ ਤੇ ਸ਼ਿਵਾ ਕੈਫੇ ਗਏ ਸੀ, ਤੇ ਉੱਪਰ ਆਪਾਂ ਤਰੁੰਡ ਜਾਣ ਵੱਲੋਂ ਵਾਂਝੇ ਰਹਿ ਗਏ ਕਿਉਂਕਿ ਲੇਟ ਹੋ ਚੁੱਕੇ ਸੀ, ਤੇ ਉਸੇ ਤਰ੍ਹਾਂ ਹੀ ਉਸ ਲੜੀ ਦੇ ਤਹਿਤ ਚੱਲਦਿਆਂ ਹੋਇਆਂ ਆਪਣਾ ਅਗਲਾ ਜਿਹੜਾ ਪੜਾਅ ਏ ਉਹ ਬਣਦਾ ਏ ਧਰਮਸ਼ਾਲਾ ਕ੍ਰਿਕਟ ਸਟੇਡੀਅਮ, ਤੇ ਹੁਣ ਆਪਾਂ ਜਾ ਰਹੇ ਹਾਂ ਉੱਧਰ ਨੂੰ। ਤੇ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਥੋੜ੍ਹਾ ਬਹੁਤਾ ਧਰਮਸ਼ਾਲਾ ਦਾ ਜਿਹੜਾ ਸਿਟੀ ਵਿਊ ਤੁਹਾਨੂੰ ਪਹਿਲਾਂ ਵਿਖਾ ਚੁੱਕੇ ਹਾਂ, ਅਤੇ ਥੋੜ੍ਹਾ ਬਹੁਤਾ ਸਿਟੀ ਵਿਊ ਆਪਾਂ ਤੁਹਾਨੂੰ ਹੁਣ ਦਿਖਾ ਦਾਂਗੇ ਥੋੜ੍ਹਾ ਬਹੁਤਾ ਜਾਂਦੇ ਜਾਂਦੇ, ਅਤੇ ਉਸ ਤੋਂ ਬਾਅਦ ਵੇ ਟੂ ਸਟੇਡੀਅਮ, ਅਤੇ ਆਪਾਂ ਜਾ ਰਹੇ ਹਾਂ ਸਿੱਧੇ ਕ੍ਰਿਕਟ ਸਟੇਡੀਅਮ ਵੱਲੋਂ। ਅਤੇ ਕ੍ਰਿਕਟ ਸਟੇਡੀਅਮ ਜਿਹੜਾ ਹੈਗਾ, ਇੱਕ ਤਾਂ ਤੁਹਾਨੂੰ ਜਿਵੇਂ ਕਿ ਪਤਾ ਕਿ ਬਹੁਤ ਹੀ ਜ਼ਿਆਦਾ ਉਚਾਈ 'ਤੇ ਬਣਿਆ ਹੋਇਆ ਕ੍ਰਿਕਟ ਸਟੇਡੀਅਮ ਆ। ਹੋ ਸਕਦਾ ਜੀ ਆਪਾਂ ਇਹ ਵੀ ਗੱਲ ਕਹਿ ਦਈਏ ਤਾਂ ਕੋਈ ਵੱਡੀ ਨਹੀਂ ਕਿ ਏਸ਼ੀਆ ਦਾ ਸਭ ਤੋਂ ਉਚਾਈ 'ਤੇ ਬਣਿਆ ਹੋਇਆ ਕ੍ਰਿਕਟ ਸਟੇਡੀਅਮ ਇਹ ਧਰਮਸ਼ਾਲਾ ਦੇ ਵਿੱਚ ਆ। ਅਤੇ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਉਹਦੇ ਐਂਟਰ ਉੱਤੇ ਪਹੁੰਚ ਚੁੱਕੇ ਹਾਂ, ਐਂਟਰੈਂਸ 'ਤੇ ਪਹੁੰਚ ਚੁੱਕੇ ਹੈਗੇ, ਅਤੇ ਆਪਾਂ ਇੱਥੇ ਲੱਭਦੇ ਹਾਂ ਸਭ ਤੋਂ ਪਹਿਲਾਂ ਪਾਰਕਿੰਗ, ਗੱਡੀ ਪਾਰਕ ਕਰਾਂਗੇ ਸੇਫਲੀ, ਫਿਰ ਆਪਾਂ ਟਿਕਟ ਲਵਾਂਗੇ, ਟਿਕਟ ਲੈ ਚੁੱਕੇ ਹਾਂ, ਅਤੇ ਹੁਣ ਆਪਾਂ ਚੱਲਦੇ ਹਾਂ ਵੱਧਦੇ ਹਾਂ ਅੰਦਰ ਨੂੰ। ਅਤੇ ਸਾਹਮਣੇ ਆਪਾਂ ਪਿਚਿਸ ਵੇਖ ਰਹੇ ਹਾਂ ਜਿਹੜੀਆਂ ਕਿ ਬਾਹਰ ਤਿਆਰ ਕੀਤੀਆਂ ਗਈਆਂ ਪ੍ਰੈਕਟਿਸ ਲਈ, ਪ੍ਰੈਕਟਿਸ ਗਰਾਊਂਡ ਆ ਇਹ ਬਾਹਰ ਸਟੇਡੀਅਮ ਦੇ ਨਾਲ ਲੱਗਦਾ ਹੋਇਆ, ਇਹ ਆਊਟਡੋਰ ਦਾ, ਅਤੇ ਨਾਲ ਹੀ ਜਿਹੜਾ ਆਪਾਂ ਸੀਸਾ ਲੱਗਾ ਦੇਖ ਰਹੇ ਹਾਂ ਇਹ ਇਨਡੋਰ ਪ੍ਰੈਕਟਿਸ ਦੇ ਲਈ। ਤਾਂ ਇਸੇ ਤਰ੍ਹਾਂ ਹੀ ਆਪਾਂ ਦੇਖ ਰਹੇ ਹਾਂ ਸਾਹਮਣੇ ਇਹਨੂੰ ਰੈੱਡ ਕਲਰ ਕੀਤਾ ਹੋਇਆ ਜਿਹੜਾ ਕਿ ਬਹੁਤ ਹੀ ਸੋਹਣਾ ਲੱਗਦਾ। ਅਤੇ ਇਹ ਹੈਗੀ ਮੇਨ ਐਂਟਰੀ, ਮੇਨ ਐਂਟਰੀ ਦਾ ਇੱਕ ਚੀਜ਼ ਹੋਰ ਦੱਸ ਦਿੰਦਾ ਕਿ ਰਾਈਟ ਹੈਂਡ ਸਾਈਡ 'ਤੇ ਜੇ ਆਪਾਂ ਗੱਲ ਕਰੀਏ ਤਾਂ ਵਾਸ਼ਰੂਮਸ ਵਗੈਰਾ ਬਣੇ ਹੋਏ ਨੇ, ਅਤੇ ਇੱਥੋਂ ਦੀ ਆਪਾਂ ਸਟੇਡੀਅਮ ਦੀ ਕਰ ਲਈ ਐਂਟਰੀ, ਅਤੇ ਹੁਣ ਆਪਾਂ ਪਹਿਲੀ ਝਾਤ ਜਿਹੜੀ ਸਟੇਡੀਅਮ ਦੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦੇਖੋ ਮੇਰਾ ਗਲਾ ਕਾਫੀ ਖਰਾਬ ਹੋਣ ਦੇ ਕਾਰਨ ਮੌਸਮ ਵਿਗੜਦਾ ਰਿਹਾ, ਜਿਹਦੇ ਕਰਕੇ ਆਪਾਂ ਤੁਹਾਡੇ ਨਾਲ 2-3 ਦਿਨ ਦਾ ਜਿਹੜਾ ਵੱਧ ਗੈਪ ਆ ਉਹ ਇਹ ਸੀਰੀਜ਼ ਵਿੱਚ ਪਾ ਚੁੱਕੇ ਹਾਂ, ਅਤੇ ਨਹੀਂ ਤਾਂ ਆਪਾਂ ਇੰਨਾ ਜਿਹੜਾ ਗੈਪ ਉਹ ਪਾਉਂਦੇ ਨਹੀਂ ਹੁੰਦੇ। ਵੀਡੀਓ 'ਤੇ ਵੀਡੀਓ, ਵੀਡੀਓ 'ਤੇ ਵੀਡੀਓ, 'ਤੇ ਵਲੋਗ 'ਤੇ ਵਲੋਗ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ, ਅਤੇ ਉਵੇਂ ਲੈ ਕੇ ਆਉਂਦੇ ਰਹਾਂਗੇ। ਪਰੰਤੂ ਕੁਛ ਕਾਰਨਾਂ ਕਰਕੇ, ਸਿਹਤ ਦੇ ਵਿੱਚ ਢਿੱਲ ਮੱਠ ਹੋਣ ਦੇ ਕਰਕੇ, ਗਲਾ ਬਹੁਤ ਜ਼ਿਆਦਾ ਖਰਾਬ ਹੋਣ ਦੇ ਕਰਕੇ ਆਪਾਂ ਤੁਹਾਡੇ ਕੋਲ ਥੋੜ੍ਹੇ ਦਿਨਾਂ ਦਾ ਗੈਪ ਲਿਆ, ਅਤੇ ਕੋਈ ਗੱਲ ਨਹੀਂ, ਸਿਹਤਾਂ ਜਲਦੀ ਠੀਕ ਹੋਣਗੀਆਂ, ਅਤੇ ਆਪਾਂ ਵੀਡੀਓ 'ਤੇ ਵੀਡੀਓ ਤੁਹਾਡੇ ਕੋਲ ਫਿਰ ਦੱਬ ਕੇ ਲਿਆਵਾਂਗੇ। ਅਤੇ ਜੇ ਆਪਾਂ ਹੁਣ ਗੱਲ ਕਰਦੇ ਹਾਂ ਸਟੇਡੀਅਮ ਦੀ, ਅਤੇ ਸਾਹਮਣੇ ਤੁਸੀਂ ਦੇਖ ਰਹੇ ਹੋ VIP ਬਲੋਕ, ਇੱਧਰਲੀ ਸਾਈਡ 'ਤੇ ਹੁਣ ਪਬਲਿਕ ਏਰੀਆ ਆ ਗਿਆ, ਅਤੇ ਇੱਧਰਲੀ ਸਾਈਡ ਫਿਰ VIP ਬਲੋਕ ਜਿਹੜਾ ਆਪਾਂ ਸਾਹਮਣੇ ਵੇਖ ਰਹੇ ਹਾਂ। ਅਤੇ ਕਾਫੀ ਵਧੀਆ ਸਟੇਡੀਅਮ ਬਣਿਆ ਹੋਇਆ ਹੈਗਾ, ਅਤੇ ਇਹਨਾਂ ਨੇ ਸਾਰਾ ਸਟੇਡੀਅਮ ਆਪਾਂ ਨੂੰ ਘੁੰਮਣ ਲਈ ਨਹੀਂ ਖੋਲਿਆ ਹੋਇਆ। ਇੱਕ ਤਾਂ ਆਪਾਂ ਮੇਨ ਗਰਾਊਂਡ ਦੇ ਵਿੱਚ ਨਹੀਂ ਜਾ ਸਕਦੇ, ਇਹ ਵੀ VIP ਹੈ, ਅਤੇ ਇੱਕ ਆਪਾਂ ਜੇ ਗੱਲ ਕਰੀਏ ਤਾਂ ਇਹਦਾ ਬਾਹਰ ਦਾ ਮਾਹੌਲ ਆ ਜਿਹੜਾ, ਜਿਵੇਂ ਬਰਫ਼ ਦੀਆਂ ਲੱਦੀਆਂ ਹੋਈਆਂ ਚੋਟੀਆਂ, ਪਰਬਤ ਆਪਾਂ ਨੂੰ ਵੇਖਣ ਨੂੰ ਮਿਲ ਰਹੇ ਨੇ। ਮਤਲਬ ਆਮ ਕਰਕੇ ਆਪਾਂ ਸਟੇਡੀਅਮ ਜਾਂਦੇ ਹਾਂ, ਮੈਚ ਵਿਹਨੇ ਹਾਂ, ਤਾਂ ਗਰਮੀਆਂ ਦੇ ਵਿੱਚ ਬਹੁਤ ਔਖਾ ਹੋ ਜਾਂਦਾ, ਬਹੁਤ ਪਰੇਸ਼ਾਨੀ, ਕਿਉਂਕਿ ਗਰਮੀ ਬਹੁਤ ਹੁੰਦੀ ਆ, ਧੁੱਪੇ ਸਾਰਾ ਦਿਨ ਬੈਠਣਾ ਬਹੁਤ ਮੁਸ਼ਕਿਲ ਹੋ ਜਾਂਦਾ। ਪਰੰਤੂ ਜੇਕਰ ਇੱਥੇ ਗਰਮੀਆਂ ਦੇ ਵਿੱਚ ਆਪਾਂ ਮੈਚ ਵੇਖਣ ਆਉਂਦੇ ਹਾਂ ਤਾਂ ਇੱਥੋਂ ਦੇ ਨਜ਼ਾਰੇ ਹੀ ਹੋਰ ਆ। ਤਾਂ ਇਹਨਾਂ ਨੇ ਜਿਹੜਾ ਇਹ ਪੋਰਸ਼ਨ ਇੱਕ
ਇਹ ਸਿਰਫ ਖੁੱਲ੍ਹਾ ਰੱਖਿਆ ਹੋਇਆ ਜਿੱਥੇ ਕਿ ਜਿਹੜੇ ਟੂਰਿਸਟ ਆ ਉਹ ਆ ਸਕਦੇ ਆ ਅਤੇ ਜਾ ਸਕਦੇ ਆ। ਅਤੇ ਸਾਹਮਣੇ ਗਰਾਊਂਡ ਦੀ ਪਿੱਚ 'ਤੇ ਕੰਮ ਚੱਲ ਰਿਹਾ, ਵਰਕਿੰਗ ਹੋ ਰਹੀ ਆ, ਅਤੇ ਆਪਾਂ ਵੀ ਇੱਕ 360 ਵਿਊ ਜਿਹੜਾ ਹੈਗਾ ਲੈਂਦੇ ਹਾਂ ਅਤੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਆਲੇ ਦੁਆਲੇ ਦਾ ਜਿਹੜਾ ਮਾਹੌਲ ਆ ਉਹ ਕਿੱਦਾਂ ਦਾ ਹੈ। ਸਾਹਮਣੇ ਪਿੱਚ ਬਣ ਰਹੀ ਹੈਗੀ ਅਤੇ ਬਾਉਂਡਰੀ ਦੇ ਉੱਤੇ ਜਾਲ ਰੱਖਿਆ ਹੋਇਆ ਹੈ, ਸ਼ਾਇਦ ਜ਼ਿਆਦਾ ਪ੍ਰੈਕਟਿਸ ਮੈਚ ਹੋਣਗੇ, ਕੁਛ ਨਾ ਕੁਛ ਚੱਲਣਾ ਹੋਣਾ। ਇੱਦਾਂ ਜਾਲ ਬਣਾਇਆ ਜਾ ਰਿਹਾ, ਜਾਂ ਤਾਂ ਬੱਚਿਆਂ ਦੇ ਕ੍ਰਿਕਟ ਮੈਚ ਹੋ ਸਕਦੇ ਹੈਗੇ ਜਾਂ ਕੋਈ ਪ੍ਰੈਕਟਿਸ ਮੈਚ ਹੋ ਸਕਦੇ ਆ, ਕਿਸੇ ਨਾ ਕਿਸੇ ਚੀਜ਼ ਦੀ ਤਿਆਰੀ ਕੀਤੀ ਜਾ ਰਹੀ ਆ। ਅਤੇ ਲਓ ਜੀ ਇਹ ਸੈਗਮੈਂਟ ਹੈਗਾ 4, ਜਿਵੇਂ ਕਿ ਰੋ ਦੱਸੀ ਹੋਈ ਆ ਵੀ ਏ ਰੋ ਆ, ਬੀ ਰੋ ਆ, ਸੀ ਆ, ਤਾਂ ਇੱਦਾਂ ਹੀ ਤੁਹਾਨੂੰ ਦਿਖਾਇਆ ਗਿਆ। ਅਤੇ ਸਾਹਮਣੇ ਆਪਾਂ ਵੇਖ ਰਹੇ ਹਾਂ ਸਟੇਡੀਅਮ ਦਾ ਮੈਪ, ਇਹਨੂੰ ਤੁਸੀਂ ਦੇਖ ਲਓ ਚੰਗੀ ਤਰ੍ਹਾਂ। ਅਤੇ ਮਿਲਦੇ ਹਾਂ ਤੁਹਾਨੂੰ ਜਲਦੀ ਨਵੀਂ ਵੀਡੀਓ ਨਵੇਂ ਵਲੌਗ ਦੇ ਨਾਲ। ਇੱਥੋਂ ਤੁਸੀਂ ਵੀਡੀਓ ਨੂੰ ਪਾਊਜ਼ ਕਰਕੇ ਹੋਰ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਕਿੱਦਾਂ ਦਾ ਸਟੇਡੀਅਮ ਦੇ ਕਿੱਥੇ ਕਿੱਥੇ ਗੇਟ ਨੇ। ਅਤੇ ਆਪਾਂ ਮਿਲਾਂਗੇ ਤੁਹਾਨੂੰ ਜਲਦੀ, ਤੁਸੀਂ ਵੀਡੀਓ ਨੂੰ ਪਾਊਜ਼ ਕਰਕੇ ਦੇਖ ਲੈਣਾ ਇੱਥੋਂ। ਅਤੇ ਆਪਾਂ ਮਿਲਦੇ ਹਾਂ ਜਲਦੀ ਉਨੇ ਟਾਈਮ ਦੇ ਲਈ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜਾਂਦੇ ਜਾਂਦੇ ਇੱਕ ਚੀਜ਼ ਹੋਰ ਦੱਸ ਦਿੰਦਾ ਕਿ ਸਟੇਡੀਅਮ ਦੇ ਬਿਲਕੁਲ ਸਾਹਮਣੇ ਇਹ ਵੀ ਇੱਕ ਸਟੇਡੀਅਮ ਹੈਗਾ ਜਿਹੜਾ ਕਿ ਧਰਮਸ਼ਾਲਾ ਦੇ ਵਿੱਚ ਬਣਿਆ ਹੋਇਆ। 400 ਮੀਟਰ ਦਾ ਟਰੈਕ ਆ ਜਿਹੜਾ ਤੁਹਾਨੂੰ ਵਿਖਾਇਆ ਜਾ ਰਿਹਾ, ਪਰ ਇੱਧਰ ਉਨੀ ਗ੍ਰੀਨਰੀ ਨਹੀਂ ਗੀ ਜਿੰਨੀ ਕਿ ਦੂਸਰੀ ਸਾਈਡ ਕ੍ਰਿਕਟ ਸਟੇਡੀਅਮ ਵੱਲ ਆਪਾਂ ਵੇਖ ਕੇ ਆਏ ਹਾਂ, ਪਰੰਤੂ ਇਹ ਸਟੇਡੀਅਮ ਵੀ ਬਹੁਤ ਸੋਹਣਾ ਬਣਿਆ ਹੋਇਆ। ਅਤੇ ਆਪਾਂ ਬਾਹਰ ਆ ਚੁੱਕੇ ਹਾਂਗੇ ਅਤੇ ਜਾਂਦੇ ਜਾਂਦੇ ਜਿਵੇਂ ਤੁਹਾਨੂੰ ਦੱਸਿਆ ਜੀ ਇੱਕ ਛੋਟੀ ਜਿਹੀ ਗੇੜੀ ਮਾਰਾਂਗੇ, ਅਤੇ ਗੇੜੀ ਮਾਰਨ ਤੋਂ ਬਾਅਦ ਆਪਾਂ ਤੁਹਾਥੋਂ ਲਵਾਂਗੇ ਆਗਿਆ ਅਤੇ ਸੀਰੀਜ਼ ਦੀ ਆਪਾਂ ਕਰਾਂਗੇ ਸਮਾਪਤੀ, ਜਿਹੜੀ ਕਿ ਆਪਾਂ ਤੁਹਾਨੂੰ ਪਤਾ ਸ਼ਿਮਲੇ ਤੋਂ ਸ਼ੁਰੂ ਕੀਤੀ ਸੀ। ਅਤੇ ਤੁਸੀਂ ਜੇ ਫਸਟ ਟਾਈਮ ਆ ਰਹੇ ਹੋ ਮੇਰੇ ਚੈਨਲ 'ਤੇ ਤਾਂ ਤੁਹਾਨੂੰ ਪਿੱਛੇ ਨੂੰ ਜਾਣਾ ਪੈਣਾ ਅਤੇ ਉੱਥੋਂ ਜਾ ਕੇ ਆਓ ਵੀਡੀਓ ਦੇਖ ਕੇ। ਮਿਲਦੇ ਜਲਦੀ, ਸਤਿ ਸ਼੍ਰੀ ਅਕਾਲ।